ਜਿਹੜੇ ਲੋਕਾਂ ਦੇ ਕੀਮੋ ਕਰਕੇ ਬਾਲ ਚੱਲ ਜਾਂਦੇ ਆ ਬੱਚਿਆਂ ਦੇ, ਫੀਮੇਲਸ ਦੇ, ਜੈਂਟਸ ਦੇ, ਤਾਂ ਉਹਨਾਂ ਨੂੰ ਫ੍ਰੀ ਆਫ ਕੋਸਟ 'ਚ ਇਹ ਟਰੱਸਟ 'ਚ ਉਹਨਾਂ ਨੂੰ ਵੀਕ ਬਣਾ ਕੇ ਦਿੰਦੀ ਹੈਗੀ ਆ। ਅੱਜ ਕੱਲ੍ਹ ਮਾਰਕੀਟ ਦੇ ਵਿੱਚ ਬੜੀ ਸਸਤੇ ਰੇਟਾਂ 'ਤੇ ਵੀ ਵਿਗ ਮਿਲਦੀ ਹੈ ਕਿ ਉਹ ਜਿਹੜੇ ਕੈਂਸਰ ਪੇਸ਼ੈਂਟ ਹੈ ਜਿਹੜੇ ਉਹਨਾਂ ਦੇ ਕੰਮ ਨਹੀਂ ਆਉਂਦੀ। ਵਿਕਸ ਮਾਰਕੀਟ ਤੋਂ ਮਿਲਦੀਆਂ, ਉਹ 'ਚ ਕੈਮੀਕਲ ਯੂਜ਼ ਕੀਤਾ ਹੁੰਦਾ। ਹੁਣ ਜਿੱਦਾਂ ਕਿ ਮੈਂ ਆਪਣੇ ਬਾਲ ਭੇਜੇ, ਮੇਰੇ ਵਰਗੇ 6 ਜਾਂ 5 ਮੁੰਡੇ ਹੋਰ ਬਾਲ ਭੇਜਣਗੇ, ਅਤੇ ਉਹ ਜਿਹੜੀ ਸੰਸਥਾ ਕਰਨਾ ਕਿ ਸਾਡੇ ਬਾਲਾਂ ਦੇ ਪਹਿਲਾਂ ਨਾ ਇੱਕ ਲੈਬ ਟੈਸਟ ਕਰਨਗੇ, ਜਿਹੜੇ ਬਾਲ ਡੈਮੇਜ ਵਾਲੇ ਹੋਣਗੇ ਉਹ ਬਾਹਰ ਕੱਢ ਲੈਣਗੇ, ਜਿਹੜੇ ਸਹੀ ਹੋਣਗੇ ਔਰ ਇੱਕ ਨੈਚੁਰਲ ਵਿਗ ਤਿਆਰ ਕੀਤੀ ਹੈ ਕਿ ਬਿਨਾਂ ਕੈਮੀਕਲ ਥਰੂ। ਦਾਨੀ ਸੱਜਣ ਤਾਂ ਤੁਸੀਂ ਵਧੇਰੇ ਦੇਖੇ ਹੋਣੇ ਆ, ਪਰ ਅੱਜ ਅਸੀਂ ਤੁਹਾਡੇ ਨਾਲ ਇੱਕ ਅਜਿਹੇ ਨੌਜਵਾਨ ਨੂੰ ਮਿਲਾਉਣ ਜਾ ਰਹੇ ਹਾਂ ਜਿਸ ਨੇ ਆਪਣੇ ਬਾਲ ਹੀ ਦਾਨ ਵਿੱਚ ਦੇ ਦਿੱਤੇ। ਇਹ ਬਾਲ ਕਿੱਥੇ ਕੰਮ ਆਉਂਦੇ ਨੇ, ਮੇਰੇ ਨਾਲ ਗੱਲਬਾਤ ਕਰਨ ਦੇ ਲਈ ਇਸ ਵੇਲੇ ਰਕੀਤ ਜੀ ਮੇਰੇ ਨਾਲ ਮੌਜੂਦ ਹੈ। ਰਕੀਤ ਜੀ, ਬਾਲ ਦਾਨ ਕਰ ਦਿੱਤੇ ਤੁਸੀਂ, ਕਿੱਥੇ ਕੰਮ ਆਉਂਦੇ ਨੇ ਇਹ ਬਾਲ? ਸਰ, ਪਹਿਲੇ ਤਾਂ ਨਿਊਜ਼ ਸੈਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਆਪਣਾ ਇੰਨਾ ਸਮਾਂ ਦਿੱਤਾ। ਜਿੱਦਾਂ ਤੁਸੀਂ ਪੁੱਛਿਆ ਕਿ ਇਹ ਬਾਲ ਕਿੱਥੇ ਦਾਨ ਆਉਂਦੇ ਆ, ਇੱਕ ਮਹਾਰਾਸ਼ਟਰ ਵਿੱਚ ਫਾਊਂਡੇਸ਼ਨ ਹੈ ਮਦਦ ਟਰੱਸਟ ਕਰਕੇ, ਜਿੱਦਾਂ ਅਸੀਂ ਲੋਕ ਆਪਣੇ ਬਾਲ ਵਧਾਉਂਦੇ ਹਾਂ ਅਤੇ ਕਟਾ ਦਿੰਦੇ ਹਾਂ ਨੋਰਮਲੀ, ਅਤੇ ਲੋਕ ਸੋਚਦੇ ਸ਼ੌਂਕ ਵਾਸਤੇ ਰੱਖੇ ਆ। ਉੱਦਾਂ ਹੀ ਮੈਂ 2021 'ਚ ਮੁਹਿੰਮ ਸ਼ੁਰੂ ਕੀਤੀ ਸੀਗੀ ਬਾਲ ਰੱਖਣ ਦੀ, ਅਤੇ ਕਾਫੀ ਸਰਚ ਕੀਤਾ ਕਿ ਇਹ ਬਾਲ ਕਿਤੇ ਦਾਨ ਆਉਂਦੇ ਹੋਣ, ਅਤੇ ਇਹ ਜਿਹੜੀ ਟਰੱਸਟ ਹੈਗੀ ਹੈ ਇਹਦਾ ਕੰਮ ਕੀ ਹੈ, ਬੇਸਿਕਲੀ ਇਹ 12 ਇੰਚ ਬਾਲ ਲੋਕਾਂ ਦੇ ਲੈ ਕੇ ਉਹਦੀ ਇੱਕ ਵਿਗ ਤਿਆਰ ਕਰਦੀ ਹੈ, ਨੈਚੁਰਲੀ ਵਿਗ ਹੁੰਦੀ ਹੈ, ਜਿਹੜੇ ਲੋਕਾਂ ਦੇ ਕੀਮੋ ਕਰਕੇ ਬਾਲ ਚੱਲ ਜਾਂਦੇ ਆ ਬੱਚਿਆਂ ਦੇ, ਫੀਮੇਲਸ ਦੇ, ਜੈਂਟਸ ਦੇ, ਤਾਂ ਉਹਨਾਂ ਨੂੰ ਫ੍ਰੀ ਆਫ ਕੋਸਟ 'ਚ ਇਹ ਟਰੱਸਟ 'ਚ ਉਹਨਾਂ ਨੂੰ ਵਿਗ ਬਣਾ ਕੇ ਦਿੰਦੀ ਹੈਗੀ ਆ। ਅਤੇ ਇਹਨਾਂ 'ਚ ਸਭ ਤੋਂ ਵੱਡਾ ਰੋਲ ਆ ਟਾਟਾ ਮੈਮੋਰੀਅਲ, ਉਹ ਵੀ ਇਸ NGO ਨੂੰ ਸਪੋਂਸਰ ਕਰਦੀ ਹੈ, ਜਿਹਦੇ ਕਰਕੇ ਅਸੀਂ ਲੋਕ ਅੱਖਾਂ ਬੰਦ ਕਰਕੇ ਟਰੱਸਟ ਕਰ ਸਕਦੇ ਹਾਂ ਕਿ ਮੁੰਬਈ ਦੀ ਜਿਹੜੀ NGO ਹੈ ਉਹ ਫ੍ਰੀ ਆਫ ਕੋਸਟ ਲੋਕਾਂ ਨੂੰ ਬਾਲ ਦੇ ਰਹੀ ਹੈ, ਸਪੈਸ਼ਲੀ ਬੱਚਿਆਂ ਨੂੰ ਅਤੇ ਫੀਮੇਲਸ ਨੂੰ ਬਾਲ ਮਿਲਦੇ ਆ ਦਾਨ ਲਈ। ਤੁਹਾਨੂੰ ਕਿੱਦਾਂ ਪਤਾ ਲੱਗਿਆ ਸੀ ਇਸ ਟਰੱਸਟ ਦੇ ਬਾਰੇ? ਸਭ ਤੋਂ ਪਹਿਲਾਂ ਸਭ ਤੋਂ ਪਹਿਲੇ ਮੇਰੇ ਇੱਕ ਦੋਸਤ ਨੇ ਕੀਤੇ ਸੀਗੇ, ਅਤੇ ਇੱਕ ਮੇਰੀ ਫਰੈਂਡ ਸੀ ਉਹਨੇ ਵੀ ਕੀਤੇ ਸੀਗੇ, ਫਿਰ ਉਹ ਬੇਸਿਕਲੀ ਬਾਹਰ ਚੱਲ ਗਏ, ਅਤੇ ਹੁਣ ਉਦੋਂ ਬਾਅਦ ਮੈਂ ਜੋ ਸਟੱਡੀ ਕੀਤੀ ਪ੍ਰੋਪਰ ਨੈੱਟ 'ਤੇ, ਕਾਫੀ ਲੋਕਾਂ ਦੇ ਰਿਵਿਊਜ਼ ਪੜ੍ਹੇ, ਅਤੇ ਇਹ ਮੈਨੂੰ ਪਤਾ ਲੱਗਿਆ ਕਿ ਇਸ NGO ਬਾਰੇ ਕੀ ਇਹ ਕੰਮ ਕਰ ਰਹੀ ਹੈ ਮਹਾਰਾਸ਼ਟਰ ਵਿੱਚ। ਜਿੱਦਾਂ ਤੁਸੀਂ ਕਿਹਾ ਕਿ ਬਾਲ ਜਿਹੜੇ ਤੁਸੀਂ ਡੋਨੇਟ ਕਰਦੇ ਹੋ ਉਹਦੀ ਵਿਗ ਤਿਆਰ ਹੁੰਦੀ ਹੈ, ਪਰ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਬੜੀ ਸਸਤੇ ਰੇਟਾਂ 'ਤੇ ਵੀ ਵਿਗ ਮਿਲਦੀ ਹੈ ਕਿ ਉਹ ਜਿਹੜੇ ਕੈਂਸਰ ਪੇਸ਼ੈਂਟ ਹੈ ਜਿਹੜੇ ਉਹਨਾਂ ਦੇ ਕੰਮ ਨਹੀਂ ਆਉਂਦੀਆਂ? ਨਹੀਂ, ਇਹ ਕੁਸ਼ਚਨ ਬਿਲਕੁਲ ਸਹੀ ਹੈਗਾ ਕਿ ਜਿੱਦਾਂ ਹੁੰਦਾ ਕਿ ਇਹ ਕੀਮੋ ਹੁੰਦੀ ਹੈ ਸਾਡੀ, ਸਾਡੇ ਹੇਅਰਸ ਚੱਲ ਜਾਂਦੇ ਆ ਕੈਂਸਰ ਪੇਸ਼ੈਂਟ ਦੇ, ਅਤੇ ਉਹ ਜਿਹੜੀ ਵਿਕਸ ਮਾਰਕੀਟ ਤੋਂ ਮਿਲਦੀਆਂ ਉਹ 'ਚ ਕੈਮੀਕਲ ਯੂਜ਼ ਕੀਤਾ ਹੁੰਦਾ। ਹੁਣ ਜਿੱਦਾਂ ਕਿ ਮੈਂ ਆਪਣੇ ਬਾਲ ਭੇਜੇ, ਮੇਰੇ ਵਰਗੇ 6 ਜਾਂ 5 ਮੁੰਡੇ ਹੋਰ ਬਾਲ ਭੇਜਣਗੇ, ਅਤੇ ਉਹ ਜਿਹੜੀ ਸੰਸਥਾ ਕਰਨਾ ਕਿ ਸਾਡੇ ਬਾਲਾਂ ਦੇ ਪਹਿਲਾਂ ਨਾ ਇੱਕ ਲੈਬ ਟੈਸਟ ਕਰਨਗੇ, ਜਿਹੜੇ ਬਾਲ ਡੈਮੇਜ ਵਾਲੇ ਹੋਣਗੇ ਉਹ ਬਾਹਰ ਕੱਢ ਲੈਣਗੇ, ਜਿਹੜੇ ਸਹੀ ਹੋਣਗੇ ਔਰ ਇੱਕ ਨੈਚੁਰਲ ਵਿਗ ਤਿਆਰ ਕੀਤੀ ਹੈ ਕਿ ਬਿਨਾਂ ਕੈਮੀਕਲ ਥਰੂ, ਉਹ ਜਿੱਦਾਂ ਕਿ ਕਿਸੇ ਕੀਮੋ ਚੱਲ ਰਹੀ ਆ ਉਹ ਬਾਲ ਲਗਾਉਣਗੇ ਉਹਦੀ ਬੋਡੀ 'ਚ ਇਫੈਕਟ ਨਹੀਂ ਕਰੇਗੀ, ਤਾਂ ਕਰਕੇ ਇਹ ਸੰਸਥਾ ਲੋਕਾਂ ਨੂੰ ਵਿਗ ਦਿੰਦੀ ਆ। ਬਾਕੀ ਜਿਹੜੇ ਬਾਹਰੋਂ ਬਾਲ ਮਿਲਦੇ ਆ ਉਹ ਕੀਮੋ ਵਾਲੇ ਲੋਕ ਨਹੀਂ ਲਗਾਉਂਦੇ ਹੈਗੇ, ਜੇ ਉਹ ਲਗਾਉਂਦੇ ਆ ਤਾਂ ਜਿਹੜੀ ਬਿਨਾਂ ਕੈਮੀਕਲ ਦੇ ਹੁੰਦੇ ਕਾਫੀ ਪੇੜ ਹੁੰਦੇ ਹੈਗੇ, ਕਾਫੀ ਮਹਿੰਗੇ ਹੁੰਦੇ ਆ। ਜਿਵੇਂ ਤੁਸੀਂ ਕਿਹਾ ਕਿ ਮੈਂ ਆਪਣੇ ਯਾਰ ਦੋਸਤ ਕੋਲ ਪ੍ਰਭਾਵਿਤ ਹੋਇਆ, ਤੁਹਾਡੇ ਤੋਂ ਪ੍ਰਭਾਵਿਤ ਹੋਇਆ? ਮੇਰੇ ਕੋਲ ਕਾਫੀ ਲੋਕ ਪ੍ਰਭਾਵਿਤ ਹੋਇਆ ਜੀ, ਅੱਜ ਪਠਾਨਕੋਟ ਸ਼ਹਿਰ ਵਿੱਚ ਅਤੇ ਪਟਿਆਲਾ ਵਿੱਚ ਇਹ ਮੁਹਿੰਮ ਕਾਫੀ ਤੇਜ਼ ਚੱਲ ਰਹੀ ਹੈ। ਜਿੱਦਾਂ ਕਿ ਮੈਂ ਖੁਦ ਹੁਣ ਦੂਸਰੀ ਵਾਰ ਬਾਲ ਦਾਨ ਕੀਤੇ ਆ, ਅਤੇ ਪਠਾਨਕੋਟ ਸ਼ਹਿਰ ਵਿੱਚ ਹੀ 5 ਦੋਸਤਾਂ ਨੇ ਬਾਲ ਦਾਨ ਕੀਤੇ ਆ, ਪਟਿਆਲਾ 'ਚ ਵੀ ਮੁਹਿੰਮ 2 ਸਾਲ ਪਹਿਲੇ ਸ਼ੁਰੂ ਹੋ ਗਈ ਸੀਗੀ, ਉੱਥੇ ਵੀ 5-6 ਦੋਸਤਾਂ ਨੇ ਬਾਲ ਦਾਨ ਕੀਤੇ ਆ। ਅਤੇ ਜਦੋਂ ਪਹਿਲੀ ਵਾਰ ਤੁਸੀਂ ਇਹ ਗੱਲ ਪਰਿਵਾਰ ਨਾਲ ਕੀਤੀ ਹੋਈ ਕਿ ਮੈਂ ਆਪਣੇ ਬਾਲ ਜਿਹੜੇ ਉਹ ਦਾਨ ਕਰਨੇ ਆ ਉਹਦੇ ਲਈ ਵਧਾਉਣੇ ਆਪਣੇ, ਪਰਿਵਾਰ ਦਾ ਕੀ ਰਿਐਕਸ਼ਨ ਸੀ? ਸਟਾਰਟਿੰਗ 'ਚ ਮੈਂ ਕਿਸੇ ਨੂੰ ਦੱਸਿਆ ਨਹੀਂ ਸੀਗਾ, ਮਿਡ 'ਚ ਜੋ ਬਾਲ ਕਾਫੀ ਜ਼ਿਆਦਾ ਲੰਬੇ ਹੋ ਗਏ ਸੀਗੇ, ਜਿਵੇਂ ਫਸਟ ਟਾਈਮ ਬਾਲ ਰੱਖੇ ਲੰਬੇ,
ਅਤੇ ਹੌਲੀ ਹੌਲੀ ਉਹਨੂੰ ਪਤਾ ਲੱਗਿਆ ਕਿ ਆ ਬਾਲ ਐਨੇ ਦਾਨ ਕਰਨੇ ਆ, ਅਤੇ ਫਿਰ ਉਹ ਕਹਿੰਦੇ ਚਲੋ ਕੋਈ ਨਹੀਂ, ਵਧੀਆ ਗੱਲ ਆ, ਅੱਗੇ ਵੀ ਇਹ ਦਾਨ ਪੁੰਨ ਦਾ ਕੰਮ ਕਰਦਾ ਰਹਿੰਦਾ। ਅਤੇ ਇਹ ਜਿਹੜੀ ਚੀਜ਼ ਸੀਗੀ ਇਹ ਨਵੀਂ ਸੀਗੀ, ਅਤੇ ਹਮੇਸ਼ਾ ਬਾਹਰ ਦੇ ਨਹੀਂ ਹੁੰਦਾ ਕਿ ਯਾਰ ਬਾਲ ਬਾਹਰ ਭੇਜਣੇ, ਕੁਛ ਹੋਣਾ ਜਾਏ, ਜਿੱਦਾਂ ਕਿ ਸਾਡੇ ਲੋਕਾਂ ਦਾ ਇਹ ਡਰ ਆ ਕਿ ਕੋਈ ਕੁਛ ਕਰਾ ਨਾ ਦੇ। ਅਤੇ ਇਹ ਚੀਜ਼ਾਂ ਨੂੰ ਲੋਕਾਂ ਨੂੰ ਕਲੀਅਰ ਕੀਤਾ ਕਿ ਇੱਦਾਂ ਕੋਈ ਕੰਮ ਨਹੀਂ ਹੁੰਦਾ ਹੈਗਾ। ਲੋਕਾਂ ਨੂੰ ਵੀ ਚੀਜ਼ ਸਮਝ ਆਈ ਅਤੇ ਘਰਦਿਆਂ ਨੂੰ ਸਮਝ ਆਈ ਅਤੇ ਘਰਦਿਆਂ ਨੇ ਵੀ ਸਪੋਰਟ ਕੀਤੀ ਇਸ ਚੀਜ਼ ਲਈ। ਤੁਸੀਂ ਜਦ ਦਾਨ ਕਰਦੇ ਹੋ, ਬਾਲ ਡੋਨੇਟ ਕਰਦੇ ਹੋ, ਕਦੇ ਅਜਿਹਾ ਹੁੰਦਾ ਹੈ ਕਿ ਜਿਹੜੀ ਸੰਸਥਾਵਾਂ ਨੂੰ ਤੁਸੀਂ ਦਾਨ ਕਰਦੇ ਹੋ ਉਹ ਜਦੋਂ ਤੁਹਾਡੀ ਬੀਗ ਕਿਸੇ ਦੇ ਕੰਮ ਆਉਂਦੀ ਹੈ, ਉਹਨਾਂ ਦੀ ਫੋਟੋ ਜਾਂ ਉਹਨਾਂ ਦੀ ਜਿਹੜੀ ਵੀਡੀਓ ਕਾਲ ਰਾਹੀਂ ਤੁਹਾਨੂੰ ਸ਼ੇਅਰ ਕਰਦੇ ਹੋਣ ਜਾਂ ਦੱਸਦੇ ਹੋਣ ਵੀ ਤੁਹਾਡੀ ਜਿਹੜੀ ਬੀਗ ਹੈ ਉਹ ਇਸ ਫਲਾਣੇ ਫਲਾਣੇ ਵਿਅਕਤੀ ਦੇ ਕੰਮ ਆਈ ਹੈ? ਨਹੀਂ ਜੀ, ਕੈਂਸਰ ਦਾ ਪੇਸ਼ੈਂਟ ਉਹਦੀ ਇੱਕ ਪ੍ਰਾਈਵੇਸੀ ਰੱਖੀ ਜਾਂਦੀ ਹੈ ਉਹਦੇ ਵੱਲੋਂ। ਜੇ ਅਸੀਂ ਪਰਸਨਲੀ ਜਾਣਨਾ ਚਾਹੀਏ ਤਾਂ ਉਹਦੇ ਥਰੂ ਅਸੀਂ ਈਮੇਲ ਥਰੂ ਅਸੀਂ ਪਤਾ ਕਰ ਸਕਦੇ ਹਾਂ ਕਿ ਸਾਡੀ ਬੀਗ ਕਿਹਨੂੰ ਮਿਲੀ ਆ। ਬਟ ਇੱਕ ਸਭ ਤੋਂ ਵੱਡਾ ਕੁਐਸਚਨ ਹੈ ਕਿ ਸਿਰਫ ਮੇਰੇ ਦਿੱਤੇ ਹੋਏ ਬਾਲ ਕਰਕੇ ਹੀ ਇੱਕ ਬਿਗ ਨਹੀਂ ਤਿਆਰ ਹੋਣੀ, ਮੇਰੇ ਵਰਗੇ 5-6 ਬੰਦੇ ਹੋਰ ਬਾਲ ਦਾਨ ਕਰਨਗੇ, ਹੇਅਰ ਇੱਕ ਬਿਗ ਤਿਆਰ ਹੋਣੀ ਹੈ। ਤਾਂ ਹੀ ਇਸ ਨੂੰ ਕਿਹਾ ਜਾਂਦਾ ਕਿ ਨੈਚੁਰਲ ਹੇਅਰ ਜਿਹੜੇ ਕੀਮੋਥੈਰੇਪੀ ਦੇ ਪੇਸ਼ੈਂਟਸ ਨੂੰ ਲੱਗੀ ਜਾਂਦੀ ਹੈ, ਇੱਕ ਬੰਦੇ ਨਾਲ ਬਾਲ 'ਤੇ ਨਹੀਂ ਦਾਨ ਹੁੰਦੀ ਹੈ। ਤੁਸੀਂ ਹੁਣੇ ਗੱਲ ਕੀਤੀ ਸੀ ਪਰਿਵਾਰ ਕਹਿੰਦੇ ਵੀ ਪਹਿਲਾਂ ਵੀ ਕਈ ਵਾਰੀ ਦਾਨ ਕਰ ਚੁੱਕਿਆ, ਕਿਹੜੇ ਕਿਹੜੇ ਅਜਿਹੇ ਦਾਨ ਹੈ ਜਿਹੜੇ ਤੁਹਾਡੇ ਵੱਲੋਂ ਇੰਨੀ ਛੋਟੀ ਉਮਰ ਦੇ ਵਿੱਚ ਕੀਤੇ ਗਏ? ਪਹਿਲੇ ਜਦੋਂ ਮੈਂ 18 ਸਾਲ ਦਾ ਹੋਇਆ ਸੀਗਾ ਉਦੋਂ ਅਸੀਂ ਬਲੱਡ ਦੀ ਸੇਵਾ ਦਾ ਕੰਮ ਸ਼ੁਰੂ ਕੀਤਾ ਸੀਗਾ, ਅਤੇ ਉਹ ਵੀ ਮੁਹਿੰਮ ਤੁਹਾਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਪਤਾ ਕਾਫੀ ਅੱਛੀ ਚੱਲ ਰਹੀ ਹੈ ਪਠਾਨਕੋਟ ਵਿੱਚ। ਬਾਕੀ ਹੋਰ ਸੰਸਥਾ ਨਾਲ ਜੁੜ ਕੇ ਲੰਗਰ ਵਗੈਰਾ ਲਗਾਉਣੇ ਜਾਂ ਪੇਸ਼ੈਂਟਸ ਦੀ ਹੈਲਪ ਕਰਨੀ ਫਾਈਨੈਂਸ਼ੀਅਲੀ, ਇੱਦਾਂ ਇੱਦਾਂ ਦੇ ਕੰਮ ਅਸੀਂ ਕਰਦੇ ਰਹਿੰਦੇ ਹਾਂ ਜੀ। ਜਾਂ ਕਿਸੇ ਗਰੀਬ ਕੁੜੀ ਦਾ ਵਿਆਹ ਕਰ ਦੇਣਾ ਉਹ ਅਸੀਂ ਗੁਪਤ ਰੱਖ ਕੇ ਕਰਨੇ ਹੁੰਦੇ ਹਾਂ। ਬਾਕੀ ਜਿਹੜਾ ਓਪਨਲੀ ਕੰਮ ਹੈ ਬਲੱਡ ਦਾ, ਲੰਗਰਾਂ ਦਾ ਜਾਂ ਲੋਕਾਂ ਦੀ ਹੈਲਪ ਕਰਨੀ, ਉਹ ਅਸੀਂ ਓਪਨਲੀ ਕਰਨੇ ਹੁੰਦੇ ਹਾਂ ਜੀ। ਬਾਲ ਦੀ ਤੁਸੀਂ ਦੱਸਿਆ ਕਿ 12 ਇੰਚ ਬਾਲ ਵਧਾਉਣੇ ਹੁੰਦੇ ਆ, ਫਿਰ ਇਹਦੇ ਲਈ ਕੋਈ ਖਾਸ ਦੇਖਭਾਲ ਵੀ ਕਰਨੀ ਹੁੰਦੀ ਹੈ ਬਾਲਾਂ ਦੀ? ਬਿਲਕੁਲ ਜੀ, ਇਹ ਹਰ ਵਾਰ ਲੋਕਾਂ ਨੂੰ ਇਹ ਕੁਐਸਚਨ ਰਹਿੰਦਾ ਕਿ ਬਾਲ ਅਸੀਂ ਜਾਂ ਤਾਂ ਰੀਬੋਂਡਿੰਗ ਕਰਾ ਲਈਏ, ਬਾਲ ਰਫ ਹੋ ਗਿਆ ਇਹਨੂੰ ਸ਼ੇਡਿੰਗ ਕਰਾ ਲਈਏ, ਜਾਂ ਬਾਲ ਚਿੱਟੇ ਹੋ ਰਹੇ ਇਹਨੂੰ ਕਾਲੇ ਕਰਾ ਲਈਏ। ਕੋਈ ਵੀ ਕੈਮੀਕਲ ਅਸੀਂ ਨਹੀਂ ਲਗਾ ਸਕਦੇ ਇਹ ਟਾਈਮ ਦੇ ਵਿੱਚ। ਮੈਂ ਖੁਦ 18 ਇੰਚ ਬਾਲ ਕੀਤੇ ਸੀਗੇ, ਨਾ ਮੈਂ ਰੀਬੋਂਡਿੰਗ ਕਰਾਈ ਨਾ ਮੈਂ ਕਲਰਿੰਗ ਕਰਾਈ, ਮੇਰੇ ਬਾਲ ਨੈਚੁਰਲੀ ਬਰਾਊਨ ਹੋਏ ਸੀਗੇ, ਉਹੀ ਅਸੈਪਟ ਹੋ ਗਏ ਆ। ਤਾਂ ਲੋਕਾਂ ਨੂੰ ਵੀ ਇਹ ਕਹਾਂਗਾ ਕੋਈ ਕੈਮੀਕਲ ਯੂਜ਼ ਨਾ ਕਰਿਓ ਆਪਣੇ ਬਾਲਾਂ 'ਤੇ ਜੇ ਤੁਸੀਂ ਇਹ ਬਾਲ ਦਾਨ ਕਰਨੇ ਹੈਗੇ ਆ, ਕਿ ਕੱਲ੍ਹ ਨੂੰ ਜਦੋਂ ਇਹ ਲੈਬ ਵਿੱਚ ਜਾਣਗੇ ਤਾਂ ਇਹ ਬਾਲ ਸਾਰੇ ਬਾਹਰ ਨਾ ਜਾਣ। ਪ੍ਰੋਸੈਸ ਕੀ ਰਹਿੰਦਾ, ਕਿਉਂਕਿ ਤੁਸੀਂ ਕਿਹਾ ਮਹਾਰਾਸ਼ਟਰ ਵਿੱਚ ਜਾ ਕੇ ਇਹ ਬਾਲ ਤੁਹਾਡੇ ਬਿਗ ਤਿਆਰ ਹੁੰਦੀ ਆ, ਪ੍ਰੋਸੈਸ ਕਿਵੇਂ ਰਹਿੰਦਾ, ਕਿਵੇਂ ਉੱਥੋਂ ਤੱਕ ਬਾਲ ਤੁਸੀਂ ਪਹੁੰਚਾਉਂਦੇ ਹੋ? ਸਭ ਤੋਂ ਪਹਿਲੇ ਤਾਂ ਅਸੀਂ NGO ਨੂੰ ਈਮੇਲ ਥਰੂ ਆਪਣੀ ਫੋਟੋਜ਼ ਭੇਜਦੇ ਹੁੰਦੇ ਹਾਂ ਲੰਬੇ ਬਾਲਾਂ ਦੀ, ਫਿਰ ਕਟਿੰਗ ਵਾਲੇ ਟਾਈਮ ਦੀ ਫੋਟੋ ਭੇਜਣੀ ਹੈ, ਫਿਰ ਕੋਰੀਅਰ ਦੀ ਫੋਟੋ ਭੇਜਣੀ ਹੈ ਕਿ ਇਹ ਵਾਕਈ ਵੈਰੀਫਾਈਡ ਹੈਗੀ ਆ, ਕਿ ਪਰਸਨ ਜਿਹੜਾ ਭੇਜ ਰਿਹਾ ਉਹਦੇ ਬਾਲ ਹੈ ਕਿਸੇ ਹੋਰ ਦੇ ਹੈਗੇ ਆ, ਅਤੇ ਇੱਕ ਛੋਟਾ ਜਿਹਾ ਮੈਸੇਜ ਬਣਾ ਕੇ ਉਹਨਾਂ ਨੂੰ ਭੇਜਣਾ ਹੁੰਦਾ ਕਿ ਅਸੀਂ ਕਿਉਂ ਇੰਸਪਾਇਰ ਹੋਏ ਗਏ, ਅਤੇ ਉਹਨਾਂ ਨੂੰ ਕੋਰੀਅਰ ਕਰਨਾ ਪੈਂਦਾ ਪਠਾਨਕੋਟ ਤੋਂ ਜਾਂ ਜਿਹੜੇ ਅਸੀਂ ਸਿਟੀ ਤੋਂ ਰਹਿ ਰਹੇ ਉੱਥੋਂ ਕੋਰੀਅਰ ਕਰਨਾ ਉਹਨਾਂ ਨੂੰ, ਫਿਰ ਉਹਨਾਂ ਨੂੰ 3-4 ਦਿਨ ਬਾਅਦ ਰਿਸੀਵ ਹੁੰਦਾ, ਉਹ ਸਾਨੂੰ ਕਨਫਰਮੇਸ਼ਨ ਭੇਜਦੇ ਆ, ਫਿਰ ਅਸੀਂ ਅੱਗੇ ਉਹਨਾਂ ਨੂੰ ਰਿਪਲਾਈ ਦਿੰਦੇ ਹਾਂ ਮੇਲ ਥਰੂ। ਬੜਾ ਵਧੀਆ ਅਤੇ ਬੜਾ ਨੇਕ ਕੰਮ ਤੁਹਾਡੇ ਵੱਲੋਂ ਕੀਤਾ ਜਾ ਰਿਹਾ, ਕੁਝ ਸੁਨੇਹਾ ਦੇਣਾ ਚਾਹੁੰਦੇ ਹੋ ਹੋਰ ਨੌਜਵਾਨਾਂ ਨੂੰ? ਮੈਂ ਆਪਣੇ ਸਾਰੇ ਮੇਰੀ ਹਾਂ ਦੇ ਜਿੰਨੇ ਵੀ ਮੇਰੇ ਦੋਸਤ ਹੈਗੇ ਆ, ਜਿੰਨੀ ਵੀ ਭੈਣਾਂ ਹੈਗੀਆਂ, ਸਾਰਿਆਂ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਆਹ ਜਿਹੜਾ ਸਮਾਂ ਚੱਲ ਰਿਹਾ ਪੰਜਾਬ ਵਿੱਚ, ਕਾਫੀ ਹਾਲਾਤ ਖਰਾਬ ਹੈਗੇ ਆ, ਆਓ ਅਸੀਂ ਇੱਕ ਵੱਖਰੀ ਚੀਜ਼ ਕਰੀਏ ਪੰਜਾਬ ਵਿੱਚ, ਕਿ ਲੋਕਾਂ ਨੂੰ ਮਿਸਾਲ ਕਾਇਮ ਹੋ ਜਾਵੇ ਕਿ ਪਠਾਨਕੋਟ ਜਾਂ ਪੰਜਾਬ ਦੇ ਲੋਕ ਵੱਖਰੀ ਵੱਖਰੀ ਚੀਜ਼ਾਂ ਕਰਦੇ ਆ ਜਿਹਨਾਂ ਲੋਕਾਂ ਨਾਲ ਫਾਇਦਾ ਹੁੰਦਾ, ਅਤੇ ਹਮੇਸ਼ਾ ਅਸੀਂ ਨਸ਼ੇ ਤੋਂ ਦੂਰ ਰਹੀਏ ਜੀ। ਬਿਲਕੁਲ, ਇਹ ਸਨ ਸਾਡੇ ਨਾਲ ਰਕੀ ਜੇ, ਜਿਹਨਾਂ ਨੇ ਆਪਣੇ ਬਾਲ ਜਿਹੜੇ ਕੈਂਸਰ ਪੀੜਤਾਂ ਦੇ ਲਈ ਦਾਨ ਕਰ ਦਿੱਤੇ ਆ। ਇਸ ਦੇ ਨਾਲ ਨਾਲ ਨੌਜਵਾਨਾਂ ਨੂੰ ਵੀ ਅਪੀਲ ਕਰ ਰਿਹਾ ਹੈ ਕਿ ਸਮਾਜ ਦੇ ਲਈ ਕੁਝ ਨਾ ਕੁਝ ਦਾਨ ਉਹਨਾਂ ਨੂੰ ਵੀ ਕਰਨਾ ਚਾਹੀਦਾ ਹੈ, ਤਾਂ ਜੋ ਜਿਹੜੇ ਲੋਕ ਇਹ ਸਾਰੀਆਂ ਬਿਮਾਰੀਆਂ ਨਾਲ ਪ੍ਰਭਾਵਿਤ ਹਨ ਉਹਨਾਂ ਦਾ ਵੀ ਹੱਲ ਹੋ ਸਕੇ। ਪਠਾਨਕੋਟ ਤੋਂ ਜਤਿਨ ਸ਼ਰਮਾ, ਨਿਊਜ਼ 18 ਪੰਜਾਬ।